ਮੇਲਾ ਵੇਖਣ ਗਏ ਇੱਕ ਨੌਜਵਾਨ ਦੇ ਨਾਲ ਭਿਆਨਕ ਹਾਦਸਾ ਵਾਪਰਿਆ ਤੇ ਇਸ ਭਿਆਨਕ ਹਾਦਸੇ ਦੇ ਵਿੱਚ ਉਸ ਨੌਜਵਾਨ ਦੀ ਮੌਤ ਹੋ ਗਈ ਹੈ। ਦਰਅਸਲ ਇਲਾਕੇ ਦੇ ਵਿੱਚ ਦੁਬਈ ਮੇਲਾ ਲੱਗਿਆ ਹੋਇਆ ਸੀ, ਬੁਰਜ ਖਲੀਫਾ ਦਾ ਉੱਥੇ ਰੈਪਲੀਕਾ ਬਣਿਆ ਹੋਇਆ ਸੀ। ਤੇਜ਼ ਮਹੀ ਤੇ ਹਨੇਰੀ ਦੇ ਨਾਲ ਉਹ ਸਟਰਕਚਰ ਉਹ ਹੇਠਾਂ ਡਿੱਗ ਜਾਂਦਾ ਹੈ, ਉਸਦੇ ਕਾਰਨ ਉਸ ਨੌਜਵਾਨ ਦੀ ਉਸ ਹੇਠਾਂ ਆਉਣ ਦੇ ਨਾਲ ਮੌਤ ਹੋ ਚੁੱਕੀ ਹੈ। ਇੱਕ ਨੌਜਵਾਨ ਜ਼ਖਮੀ ਹੋਇਆ ਜਿਸ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ। ਦੱਸਦੇ ਕਿ ਇਹ ਘਟਨਾ ਗੁਰਦਾਸਪੁਰ ਦੇ ਵਿੱਚ ਵਾਪਰੀ ਹੈ, ਜਿੱਥੇ ਕਿ ਇੱਕ ਦੁਬਈ ਮੇਲਾ ਲੱਗਿਆ ਹੋਇਆ ਸੀ। ਦੁਬਈ ਮੇਲੇ ਦੇ ਵਿੱਚ ਜਦੋਂ ਉਹ ਨੌਜਵਾਨ ਘੁੰਮਣ ਦੇ ਲਈ ਜਾਂਦਾ ਤਾਂ ਤੇਜ਼ ਹਨੇਰੀ ਚੱਲ ਰਹੀ ਸੀ। ਹਨੇਰੀ ਚੱਲਣ ਦੇ ਕਾਰਨ ਜੋ ਬੁਰਜ ਖਲੀਫਾ ਦਾ ਉੱਥੇ ਸਟੈਚੂ ਬਣਿਆ ਹੋਇਆ ਸੀ, ਰੈਪਲੀਕਾ ਬਣਿਆ ਹੋਇਆ ਸੀ, ਉਹ ਹੇਠਾਂ ਡਿੱਗ ਗਿਆ ਉਸ ਨੌਜਵਾਨ ਦੇ ਉੱਪਰ, ਜਿਸ ਦੇ ਕਾਰਨ ਉਸ ਨੌਜਵਾਨ ਦੀ ਉਸਦੇ ਹੇਠਾਂ ਆਉਣ ਦੇ ਨਾਲ ਮੌਤ ਹੋ ਚੁੱਕੀ ਹੈ। ਤੇ ਇੱਕ ਹੋਰ ਸ਼ਖਸ ਉਸਦੇ ਨਾਲ ਜੋ ਕਿ ਖੜਾ ਸੀਗਾ ਉਹ ਜ਼ਖਮੀ ਹੋ ਜਾਂਦਾ, ਜਿਸ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦਾਖਲ ਕਰਵਾਇਆ। ਉਸ ਤੋਂ ਬਾਅਦ ਹੁਣ ਪੁਲਿਸ ਅਧਿਕਾਰੀਆਂ ਦੇ ਵੱਲੋਂ ਮੇਲੇ ਦੇ ਪ੍ਰਬੰਧਕਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਜਾਵੇਗੀ ਕਿ ਹਨੇਰੀ ਦੇ ਕਾਰਨ ਹੀ ਇਹ ਬੁਰਜ ਖਲੀਫਾ ਦਾ ਜਿਹੜਾ ਰੈਪਲੀਕਾ ਹੈ ਉਹ ਡਿੱਗਿਆ ਹੈ, ਜਾਂ ਫਿਰ ਉਸਦਾ ਸਟਰਕਚਰ ਵੀਕ ਸੀਗਾ, ਉਹ ਕਮਜ਼ੋਰ ਸੀਗਾ, ਜਿਸ ਦੇ ਕਾਰਨ ਉਹ ਹੇਠਾਂ ਡਿੱਗਿਆ। ਸਾਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਤੇ ਜਾਂਚ ਕਰਨ ਤੋਂ ਬਾਅਦ ਹੀ ਮੇਲੇ ਦੇ ਪ੍ਰਬੰਧਕਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਤੁਸੀਂ ਵੀ ਸੁਣੋ ਪੂਰਾ ਮਾਮਲਾ ਕੀ ਹੈ ਤੇ ਇਸ ਸੰਬੰਧੀ ਪੁਲਿਸ ਅਧਿਕਾਰੀ ਕੀ ਜਾਣਕਾਰੀ ਦੇ ਰਹੇ। ਅਸੀਂ ਗਏ ਸੀ ਉੱਥੇ ਜਿੱਥੇ ਮੇਲਾ ਲੱਗਾ ਹੋਇਆ, ਤੇ ਉੱਥੇ ਇਹਨਾਂ ਦੇ ਅਸੀਂ ਭੱਜ ਮਤਲਬ ਪੰਘੂੜਾ ਉੱਤੇ ਆਉਣ ਪਿਆ ਇਹਨਾਂ ਦੇ। ਅਸੀਂ ਗਏ ਸੀ ਉੱਥੇ ਅੰਦਰ, ਹਜੇ ਐਂਟਰ ਹੀ ਹੋਏ ਹਾਂ ਅਤੇ ਹਨੇਰੀ ਚੱਲੀ ਬੜੀ ਜ਼ਬਰਦਸਤ, ਅਤੇ ਅਸੀਂ ਭੱਜਣ ਲੱਗੇ, ਮੈਂ ਭੱਜ ਗਿਆ ਅਤੇ ਇਹਨਾਂ ਦੇ ਉੱਪਰ ਪੰਘੂੜਾ ਆਉਣਾ ਪਿਆ ਵਾ। ਇਹਨਾਂ ਦਾ ਨਾਂ ਰਵਿੰਦਰ ਕੁਮਾਰ ਆ ਅਤੇ ਕਲੀਜਪੁਰ ਦੇ ਰਹਿਣ ਵਾਲੇ ਆ। ਇਹਨਾਂ ਨੂੰ ਮੈਂ ਲੈ ਕੇ ਆਇਆ ਸੀ ਅਤੇ ਨਾਲ ਜਿਹਨਾਂ ਦਾ ਸ਼ਾਇਦ ਮੇਲਾ ਲਾਇਆ ਹੋਇਆ ਉਹਨਾਂ ਦੀ ਗੱਡੀ ਸੀ, ਉਹਨਾਂ ਨੇ ਮੈਡਮ ਗੱਡੀ ਦੇ ਵਿੱਚ ਪਾਇਆ, ਉਹ ਲੈ ਕੇ ਆਏ ਨੇ, ਪਰ ਆਉਂਦਿਆਂ ਇਹਨਾਂ ਨੇ ਦੱਤ ਕਰਾਰ ਦੇ ਦਿੱਤਾ। ਹਾਂਜੀ, ਕੋਈ ਕੁਛ ਨਹੀਂ ਆਇਆ, ਕੋਈ ਕੋਈ ਨਹੀਂ ਨਾਲ ਆਇਆ, ਪਤਾ ਨਹੀਂ ਭਾਜੀ ਉੱਥੇ ਵੀ ਕੋਈ ਨਹੀਂ ਸੀ, ਸਿਕਿਉਰਿਟੀ ਸੀ ਉਹ, ਮਤਲਬ ਕਿ ਹਜੇ ਤੱਕ ਪੰਘੂੜਾ ਵੀ ਮੈਂ ਚੁੱਕ ਕੇ ਇਹਨਾਂ ਨੂੰ ਥੱਲੋਂ ਕੱਢਿਆ, ਕੋਈ ਵੀ ਹੱਥ ਨਹੀਂ ਸੀ ਲਾਉਂਦਾ, ਕੋਈ ਵੀ ਕੁਛ ਨਹੀਂ ਸੀ, ਅਤੇ ਇਹਨਾਂ ਨੂੰ ਚੁੱਕ ਕੇ ਗੱਡੀ 'ਚ ਪਾਇਆ, ਕੋਈ ਨਾਲ ਨਹੀਂ ਆਇਆ, ਕੋਈ ਕੁਛ ਨਹੀਂ। ਹਾਂਜੀ ਭਾਈ, ਇਨਫੋਰਮ ਕੀਤਾ ਹੋਇਆ, ਉਹ ਆ ਰਹੇ ਨੇ ਇਹਨਾਂ ਬ੍ਰਦਰ। ਭਾਜੀ ਇਹਨਾਂ ਦੇ ਵਿਆਹ ਹੋਏ ਨੂੰ ਹਜੇ 3-4 ਮਹੀਨੇ ਹੋਏ ਆ, ਅਤੇ ਇਹਨਾਂ ਦੀ ਘਰ ਦੀ ਸਥਿਤੀ ਬਹੁਤ ਮਾੜੀ ਹੈਗੀ ਆ। 3 ਭਰਾ ਨੇ, ਵਿਚਾਰਾ ਇੱਕ ਭੱਠੀ 'ਤੇ ਲੱਗਾ ਹੋਇਆ, ਇੱਕ ਮਜ਼ਦੂਰੀ ਕਰਦਾ, ਇਹ ਵੀ ਵਿਚਾਰੇ ਮਜ਼ਦੂਰ ਦੇ ਹਿਸਾਬ ਨਾਲ ਹੀ ਆ ਵੀ ਮਜ਼ਦੂਰੀ ਕਰਦੇ ਨੇ, ਅਤੇ ਘਰ ਦੀ ਸਥਿਤੀ ਹਾਲਾਤ ਬਹੁਤ ਜ਼ਿਆਦਾ ਮਾੜੇ ਹੈਗੇ ਨੇ ਇਹਨਾਂ ਦੇ, ਅਤੇ ਮੈਂ ਤਾਂ ਕਹਿੰਦਾ ਇਹਨਾਂ ਨੂੰ ਇਨਸਾਫ਼ ਮਿਲ ਜਾਵੇ ਤਾਂ ਬਹੁਤ ਵਧੀਆ। ਕੀਤਾ ਹੋਇਆ ਭਾਅ ਜੀ, ਆ ਰਹੇ ਨੇ ਉਹ। ਇਹ ਦੁਬਈ ਮੇਲਾ ਤਾਂ ਸਰ, ਅਚਾਨਕ ਮੌਸਮ ਖਰਾਬ ਹੋਆ ਔਰ ਇਹ ਟਾਵਰ ਗਿਰ ਗਿਆ ਜੀ, ਔਰ ਪਬਲਿਕ ਨੇ ਹੱਲਾ ਮਚਾਇਆ, ਇਸਕੋ ਉਠਾਓ ਇਸਕੋ ਉਠਾਓ, ਤਾਂ ਮੈਂ ਵੀ ਭਾਗ ਕੇ ਆਇਆ, ਦੇਖਾ ਇੱਕ ਭਈਆ ਕੇ ਥੋੜ੍ਹੀ ਚੋਟ ਲੱਗੀ ਹੋਈ ਸੀ, ਉਹਨਾਂ ਗਾੜੀ ਮੈਂ ਡਾਲ ਕੇ ਲੈ ਕੇ ਗਏ ਤੁਰਾ, ਜੀ ਥੋੜ੍ਹਾ ਸਾ ਦਬੇ ਹੋਏ ਤੇ ਉਠਾਇਆ ਇਸਕੋ ਔਰ ਤਬ ਨਿਕਾਲ ਪਹੁੰਚੇ। ਉਹ ਮੈਂ ਨਹੀਂ ਜਾਣਦਾ ਭਾਈ ਸਾਹਿਬ, ਯਹਾਂ ਪੇ ਕਾਮ ਕਰਨੇ ਵਾਲਾ ਥਾ ਜਾਂ ਇਹ ਮੈਂ ਨਹੀਂ ਜਾਣਦਾ, ਅਚਾਨਕ ਹੁਆ ਨਾ ਸਭ ਕੁਛ, ਤੋ ਮੈਂ ਉਹਨਾਂ ਕਾ ਚਿਹਰਾ ਵੀ ਨਹੀਂ ਦੇਖਾ ਅੱਛੇ ਸੇ, ਉਹਨਾਂ ਕੋ ਤੁਰੰਤ ਉਠਾ ਔਰ ਗਾੜੀ ਮੈਂ ਡਾਲ ਕੇ ਲੈ ਗਏ। ਦੋ ਲੋਕ ਜੀ, ਇੱਕ ਹੀ ਦੇਖਾ ਮੈਨੂੰ ਜੀ, ਇੱਕ ਹੀ ਜ਼ਖਮੀ ਹੋਆ ਜਾਂ ਦੋ? ਮੈਨੇ ਇੱਕ ਹੀ ਦੇਖਾ, ਉਹ ਅਚਾਨਕ ਹੁਆ ਨਾ ਇਕਦਮ, ਤੋ ਮੇਰਾ ਇੱਕ ਹੀ ਪੇ ਧਿਆਨ ਗਿਆ, ਉਹ ਟਾਵਰ ਉਠਾਨੇ ਮੇਂ ਔਰ ਗਾੜੀ ਮੇਂ ਧਰਨੇ ਮੇਂ। ਡੈਥ ਹੋ ਚੁੱਕੀ ਹੈ ਉਸਕੀ ਜਾਂ? ਇਹ ਤੋ ਨਹੀਂ ਮੈਨੂੰ ਪਤਾ, ਡੈਥ ਤੋ ਨਹੀਂ, ਬਾਕੀ ਥੋੜਾ ਸੀਰੀਅਸ ਥਾ, ਬੋਲ ਨਹੀਂ ਰਹੇ ਤੇ ਉਹ ਭਈਆ ਜੀ। ਕੀ ਲੱਗਦਾ ਹੈ ਇਹ ਕਿ ਜੋ ਟਾਵਰ ਗਿਰਾ ਹੈ ਜੀ, ਥੋੜੀ ਸੀ ਹਵਾ ਆਨੇ ਸੇ ਗਿਰ ਗਿਆ? ਨਹੀਂ ਨਹੀਂ, ਉਹ ਤਾਂ ਦੇਖੋ ਤੂਫਾਨ ਹੈ, ਬਹੁਤ ਤੇਜ਼ ਤੂਫਾਨ ਥਾ, ਉਹ ਕਿਸੇ ਕੇ ਆਦਮੀ ਨਹੀਂ, ਇਕਦਮ ਅਚਾਨਕ ਹੀ ਗਿਰ ਗਿਆ ਸਰ ਜੀ। ਕਿਤਨੇ ਲੋਕ ਥੇ ਯਹਾਂ ਪੇ ਜਬ ਤੂਫਾਨ ਆਇਆ? ਯਹਾਂ ਪੇ ਲੋਕ ਤੋ ਸ਼ਾਇਦ ਇੱਕ ਵੀ ਨਹੀਂ ਥਾ, ਬਾਕੀ ਬਾਅਦ ਮੇਂ ਧਿਆਨ ਨਹੀਂ ਪੜਾ ਨਾ, ਦੇਖਾ ਤੋ ਭਈਆ ਦਬੇ ਹੋਏ ਥੇ। ਇਹ ਜੀ ਗੁਰੂ ਨਾਨਕ ਪਾਰਕ ਦੇ ਵਿੱਚ ਨਾ ਕ੍ਰਾਫਟ ਮੇਲਾ ਲੱਗਾ ਜੀ, ਇੱਥੇ ਇੱਕ ਇਹਨਾਂ ਨੇ ਨਾ ਬਣਾਈਆਂ ਸੀਗੀਆਂ ਰੈਪਲੀਕਾ ਬਣਾਈਆਂ ਸੀਗੀਆਂ ਬਿਲਡਿੰਗਸ ਦੀਆਂ, ਜਿੱਦਾਂ ਬੁਰਜ ਖਲੀਫਾ ਦੀ, ਐਫਲ ਟਾਵਰ ਵਗੈਰਾ ਦੀ। ਅੱਜ ਹਨੇਰੀ ਆਉਣ ਕਰਕੇ ਜਿਹੜਾ ਐਫਲ ਟਾਵਰ ਦਾ ਬਣਾਇਆ ਸੀ ਰੈਪਲੀਕਾ, ਉਹ ਥੱਲੇ ਡਿੱਗ ਗਿਆ, ਅਤੇ ਉਹਦੇ ਥੱਲੇ ਇੱਕ ਰਵਿੰਦਰ ਕੁਮਾਰ ਮੁੰਡਾ ਸੀ ਕਲੀਜਪੁਰ ਦਾ, ਜਿਹੜਾ ਥੱਲੇ ਆਉਣ ਕਰਕੇ ਉਹਦੀ ਡੈਥ ਹੋ ਗਈ ਆ, ਅਤੇ ਇੱਕ ਮੁੰਡਾ ਜ਼ਖਮੀ ਹੋਇਆ, ਅਤੇ ਉਹਨੂੰ ਹਸਪਤਾਲ ਦੇ ਵਿੱਚ ਜਿਹੜੀ ਉਹਦੀ ਜੇਰੇ ਇਲਾਜ ਆ, ਅਤੇ
ਬਾਕੀ ਅਸੀਂ ਇਹ ਵੈਰੀਫਾਈ ਕਰ ਰਹੇ ਹਾਂ ਵੀ ਕਿੱਦਾਂ ਡਿੱਗਿਆ, ਕਿੱਦਾਂ ਹਵਾ ਨਾਲ ਡਿੱਗਿਆ ਕਿ ਜਾਂ ਇਹਦਾ ਕੋਈ ਸਟਰਕਚਰ ਜਿਹੜਾ ਵੀਕ ਸੀ ਉਸ ਕੋਈ ਵਜ੍ਹਾ ਟੈਕਨੀਕਲ ਸੀ ਕਿ ਕੁਦਰਤੀ ਫਾਲਟ ਸੀ। ਪਰਮੋਦ ਦਾ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ? ਬਿਲਕੁਲ ਕੀਤੀ ਜਾਏਗੀ ਜੀ। ਪਰਮੋਦ ਪਤਾ ਲੱਗਾ ਫੋਨ ਬੰਦ ਕਰਕੇ ਗਾਇਬ ਹੋ ਗਿਆ ਜੀ? ਕੋਈ ਨਹੀਂ ਜੀ, ਉਹਨਾਂ ਦਾ ਸਾਡੇ ਕੋਲ ਸਾਰਾ ਡਾਟਾ ਹੁੰਦਾ, ਇੱਦਾਂ ਫੋਨ ਬੰਦ ਕੀਤੇ ਨਹੀਂ ਗੱਲ ਮੁੱਕਣੀ, ਆਪਾਂ ਜੋ ਵੀ ਆ ਐਜ਼ ਪਰ ਲਾ ਜੋ ਐਕਸ਼ਨ ਹੋਊਗਾ ਲਿਆ ਜਾਏਗਾ। ਤਾਂ ਫਸਟ ਏਡ ਦਾ ਇਹ ਵੀ ਵੈਰੀਫਾਈ ਕਰਦੇ ਹਾਂ ਜੀ ਵੀ ਫਸਟ ਏਡ ਇੱਥੇ ਸੀ। ਮੇਲਾ ਕਰਾਉਂਦੇ ਫਸਟ ਏਡ ਪ੍ਰਬੰਧ ਨਹੀਂ ਕਰਦੇ ਕੋਈ ਇੱਥੇ ਟੀਮ ਕੋਈ? ਇੱਥੇ ਜੀ ਸਾਰੀਆਂ ਪਰਮਿਸ਼ਨਾਂ ਲੈਣੀਆਂ ਪੈਂਦੀਆਂ ਨੇ ਇੱਥੇ, ਮਤਲਬ ਵੀ ਮੇਲਾ ਪਬਲਿਕਲੀ ਖੁੱਲ੍ਹਦਾ ਹੀ ਸ਼ਾਮ ਨੂੰ ਆ, ਉਹ ਹੁਣ ਇਹ ਵੈਰੀਫਾਈ ਕਰਨਾ ਵੀ ਉਹ ਪਹਿਲਾਂ ਅੰਦਰ ਕਿੱਦਾਂ ਆਇਆ, ਵੀ ਉਹਨੇ ਇੱਥੇ ਕੋਈ ਮਤਲਬ ਕਿਸੇ ਦੇ ਸ਼ੋਪ ਵਾਲੇ ਦੇ ਕਹਿਣ 'ਤੇ ਆਇਆ ਜਾਂ ਪ੍ਰਬੰਧਕਾਂ ਦੇ ਕਹਿਣ 'ਤੇ ਆਇਆ ਸੀ, ਇਹ ਵੀ ਗੱਲ ਵੈਰੀਫਾਈ ਕਰਨਾ।